ਧਰਮਸ਼ਾਲਾ ਵਾਲਾ ਸਟੇਡੀਅਮ, ਕ੍ਰਿਕਟ ਸਟੇਡੀਅਮ ਹਰੇਕ ਨਾਲੇ ਹੁੰਦਾ, ਕਿਹੜੇ ਸਾਡੇ ਨਾਲ ਹੋਣਾ। ਉਹ ਵੀ ਆਪਾਂ ਲੈ ਲਈ ਉਰੇ ਸਿਮਾਂ, ਸਾਡੀਆਂ ਸਿਮਾਂ ਹੋ ਗਈਆਂ ਬੰਦ, ਦੋ ਲੋਵਿੰਗ ਦੇਖੋ ਕਾਹਦੀ ਹੋਈ ਹੈ, ਕੁਰਕਰੇ ਲੀਜ਼ਾਂ ਦੀ ਹੋਈ। ਜੰਮੂ ਹੋ ਗਿਆ, ਆ ਰਿਹਾ ਜੰਮੂ। ਟੱਟੀਆਂ ਫਟੀਆਂ ਦੀਆਂ ਦਵਾਈਆਂ ਲੰਘੇ ਦੇ ਲੈ ਗਏ, ਫੇਸ ਵਾਸ਼ ਕੋਵੀਆਂ ਕੂਵੀਆਂ ਕਾਪੀਆਂ। ਜੀਰਕਪੁਰ ਕਾਲੂ ਚੱਲੇ ਅਸੀਂ, ਮਤਲਬ ਅੱਜ ਵਾਲੇ ਚ ਹੋ ਜਾਣਾ, ਮਤਲਬ ਇਹ ਕਲਿੱਪ ਲੱਗ ਜਾਣੀ ਹੈ ਜਿਹੜਾ 11-12 ਵਜੇ ਕਾਲੂ ਅਸੀਂ ਚੱਲੇ ਦੂਰ ਦੇ ਟ੍ਰਿਪ ਤੇ। ਤੁਹਾਨੂੰ ਪੂਰਾ ਕੋਲ ਜਾ ਕੇ ਦੱਸੂਗੇ ਵੀ ਕਿੱਥੇ ਪਹੁੰਚੇ ਅੱਜ ਅਸੀਂ, ਪਹਿਲਾਂ ਨਹੀਂ ਦੱਸਣਾ, ਸਸਪੈਂਸ ਰੱਖਣਾ ਥੋੜ੍ਹਾ ਜਿਹਾ ਆਪਾਂ ਨੇ। ਚਲੋ ਹੁਣ ਗੱਡੀ 'ਚ ਮਿਲਦੇ, ਜਾ ਕੇ ਖਾ ਪੀ ਲਈਏ, ਥੱਕ ਗਏ ਪਹਿਲਾਂ। ਟੈਂਟ ਟੁੰਟਾਂ ਕੁਰਸੀਆਂ ਵੀ ਲਈਆਂ ਆਪਾਂ ਨੇ, ਠੀਕ ਆ। ਉਹ ਆਪਣਾ ਗੱਡੀ 'ਚ ਆ, ਉਹ ਵੀ ਤੁਹਾਨੂੰ ਕਲਿੱਪ ਲਾ ਦਾਂਗੇ। ਉੱਥੇ ਅਸੀਂ ਵਲੋਗ ਨਹੀਂ ਸਟਾਰਟ ਕਰਿਆ, ਸਾਨੂੰ ਥੋੜ੍ਹੀ ਜਿਹੀ ਕਾਹਲੀ ਸੀ, ਹੁਣ ਵੀ ਅਸੀਂ ਲੇਟ ਹੋ ਗਏ। ਟਾਈਮ ਹੋ ਗਿਆ 9:15 ਅਤੇ ਉਰੇ ਡੀ ਮਾਰਟ 'ਚ ਤਾਂ ਆਪਾਂ ਨਿਕਲ ਗਏ। ਹੁਣ ਆਪਾਂ ਤੁਹਾਨੂੰ ਕਿਤੇ ਜਿੱਥੇ ਖਾਣਾ ਪੀਣਾ ਉੱਥੇ ਜਾ ਕੇ ਮਿਲਦੇ ਹਾਂ। ਲਓ ਵੀ ਮਿੱਤਰੋ, ਆਪਾਂ ਆ ਗਏ ਗੱਡੀ 'ਚ, ਅਤੇ ਗੱਡੀ ਚੈੱਕ ਕਰੋ ਸਾਰੀ, ਉਹ ਰੱਦ ਲਈ ਦੱਸੋ ਕੀ ਚਾਹੀਦਾ, ਸਾਰਾ ਕੁਝ ਅਵੇਲੇਬਲ ਆ। ਕੰਘੇ ਦੇ ਲੈ ਕੇ ਫੇਸ ਵਾਸ਼ ਕੋਵੀਆਂ ਕੂਵੀਆਂ ਕਾਪੀਆਂ ਸਾਰਾ ਕੁਝ ਆਪਣੇ ਕੋਲ। ਆਹ ਦੇਖੋ ਨੈਪਕਿਨ, ਸਾਰਾ ਕੁਛ ਆ, ਸਭ ਕੁਛ ਆ ਪੱਧਰ ਤੇ। ਦੱਸੋ ਤੁਸੀਂ, ਆਪਾਂ ਨੇ ਜੀਰਕਪੁਰ ਤੇ ਲਿਆ ਡੀ ਮਾਰਟ 'ਚ, ਤੇ ਹੁਣ ਮੁੰਡੇ ਚੱਲੇ ਆ ਕਹਿੰਦੇ ਸੀ ਪੀ ਕੋਲ, ਉੱਥੇ ਕੁਛ ਖਾਣਾ ਪੀਣਾ ਆਪਾਂ ਨੇ। ਮੈਕਡੀ 'ਚ ਜਾਵਾਂਗੇ ਹੁਣ ਆਪਾਂ, ਦੇਖਦੇ ਜਾਮ ਜੂਮ ਨਾ ਮਿਲਿਆ ਫਿਰ ਤਾਂ ਛੇਤੀ ਪਹੁੰਚ ਜੂਗੇ, ਨਹੀਂ ਫਿਰ ਆਪਾਂ ਨੇ ਹੋ ਜਾਣਾ ਲੇਟ। ਜਾ ਕੇ ਮਿਲਦੇ ਹੁਣ ਤੁਹਾਨੂੰ ਉੱਥੇ। ਵੀ ਮਿੱਤਰੋ, ਆਪਾਂ ਆ ਗਏ ਘਰਾਂ, ਸਮਾਨ ਸਮੂਨ ਆਪਾਂ ਲਿਆਂਤਾ, ਮੁੜ ਕੇ ਬਸ ਟਾਈਮ ਜਿਹਾ ਲੱਗਿਆ ਹੈਗਾ, ਠੀਕ ਆ। ਅਤੇ ਹੁਣ ਆਪਾਂ ਤੁਹਾਨੂੰ ਸਵੇਰੇ ਮਿਲਦੇ ਹਾਂ 8:30-8:09 ਵਜੇ। ਸਮਾਨ ਸਮੂਨ ਸੈੱਟ ਕਰੂੰਗੇ ਜਾਂ ਸਾਰਾ, ਡਿੱਗੀ ਦੇਖ ਲਈ ਤੁਸੀਂ ਕਿਵੇਂ ਭਰ ਗਈ ਥਾਰ ਦੀ, ਸਵੇਰੇ ਮਿਲਦੇ ਹਾਂ ਹੁਣ ਤੁਹਾਨੂੰ। ਲਓ ਵੀ ਮਿੱਤਰੋ, ਕਹਿੰਦੇ ਦਿਨ ਚੜ੍ਹ ਗਿਆ ਅਗਲਾ। ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਦੁਬਾਰੇ, ਅਤੇ ਮੁੰਡੇ ਹੋ ਚੁੱਕੇ ਨੇ ਰੈਡੀ ਸ਼ੈਡੀ, ਜਾਣ ਲਈ ਤਿਆਰ ਨੇ ਪੂਰੇ। ਸਮਾਨ ਸਮੂਨ ਆਪਾਂ ਨੇ ਕਰ ਲਿਆ ਸੈੱਟ, ਉੱਥੇ ਬੈਠਣਾ ਆਪਾਂ ਨੇ। ਹੁਣ ਦੋ ਜਾਣੇ ਉੱਥੇ, ਦੋ ਜਾਣੇ ਮੂਹਰੇ, ਜਿਹੜੇ ਮੁੰਡੇ ਠੀਕ ਹੈ, ਦੋ ਜਾਣੇ ਰਹਿ ਗਏ, ਉਹ ਅੰਦਰ ਆਪਣੀ ਤਿਆਰੀ ਸ਼ਿਆਰੀ ਕਰ ਰਹੇ, ਬਸ ਤੁਰਨ ਲੱਗੇ ਹੁਣ ਆਪਾਂ। ਅੱਗੇ ਜਾ ਕੇ ਮਿਲਦੇ ਹੁਣ ਤੁਹਾਨੂੰ ਆਪਾਂ, ਠੀਕ ਆ। ਚਲੋ ਚੈੱਕ, ਅੱਗੇ ਜਾ ਕੇ ਮਿਲਦੇ ਹਾਂ। ਲਓ ਵੀ ਮਿੱਤਰੋ, ਕਹਿੰਦੇ ਮੁੰਡੇ ਨਿਕਲ ਗਏ ਘਰ ਤੋਂ, ਸ਼ਕਲਾਂ ਦਿਖਾਓ ਏ ਮੜੀ ਹੈ ਪਿੱਛੇ ਨੂੰ ਮੁੜ ਮੁੜ ਕੇ। ਗਾਈਸ ਵੀਰੇ ਸ਼ਕਲਾਂ ਦਿਖਾਓ ਗਾਈਸ ਵੀਰੇ। ਲਓ ਜੀ ਰੈਡੀ, ਚਾਰੇ ਮੁੰਡੇ ਪਰਨੇ ਵਾਲੇ ਅਸੀਂ, ਠੀਕ ਆ। ਸਮਾਨ ਸਮੂਨ ਬਸ ਬੈਠ ਗਏ ਹੁਣ, ਔਖੇ ਸੌਖੇ ਜੇ ਹੋ ਗਏ। ਹੁਣ ਆਪਾਂ ਮਿਲ ਗਏ ਸਾਨੂੰ ਕਰਾਲੀ ਜਾ ਕੇ, ਦਵਾਈਆਂ ਦਵੂਈਆਂ ਜੇ ਲੈਣੀ ਜਿਹੜੀਆਂ ਰਹਿਗੀਆਂ ਚਾਰ ਕੁ, ਬਸ ਫਿਰ ਆਪਾਂ ਨੇ ਖਿੱਚ ਦੇਣੀ ਗੱਡੀ ਜੰਮੂ ਵੱਲ ਨੂੰ। ਉੱਥੇ ਜਾ ਕੇ ਬਰਫ਼ 'ਚ ਮਿਲਦੇ ਹੁਣ ਤੁਹਾਨੂੰ, ਅੱਗੇ ਜਾ ਕੇ ਮਿਲਦੇ ਹਾਂ। ਚਲੋ ਲੋ ਵੀ ਕਹਿੰਦੇ ਸੋਲਖੀ ਆ ਗਏ, ਆਪਾਂ ਗੁਰਦੁਆਰਾ ਸਾਹਿਬ 'ਤੇ ਮੱਥਾ ਟੇਕ ਲਈਏ, ਫਿਰ ਆਪਾਂ ਹੁਣ ਰੁਕੂਗੇ ਰੋਪੜ ਕਰਾਲੀ। ਅਸੀਂ ਰੁਕੇ ਨਹੀਂ ਹੈਗੇ, ਬਸ ਫਿਰ ਰੋਪੜ ਇੱਕ ਦੋ ਕੰਮ ਹੋਰ ਤਾਂ ਕਰਕੇ ਹੁਣ ਉਹਦੇ ਮੱਥਾ ਟੇਕ ਕੇ ਆਪਣਾ, ਫਿਰ ਆਪਾਂ ਨੇ ਚਲੇ ਜਾਣਾ ਸਿੱਧਾ ਰੋਪੜ ਜਾ ਕੇ, ਮਿਲਦੇ ਹਾਂ ਹੁਣ ਤੁਹਾਨੂੰ, ਠੀਕ ਆ। ਓਕੇ ਯਾ ਬੇਬੀ ਗੋ। ਚਲੋ ਜੀ,
ਲੋ ਜੀ ਮੱਥਾ ਆਪਾਂ ਨੇ ਟੇਕ ਲਿਆ ਗੁਰਦੁਆਰਾ ਸਾਹਿਬ ਤੇ, ਤੇ ਹੁਣ ਆਪਾਂ ਚੱਲੇ ਰੋਪੜ ਨੂੰ। ਇਹ ਆ ਰਹੇ ਆਪਣੇ ਤਿੰਨੇ ਬੰਦੇ, ਚੌਥਾ ਮੈਂ। ਚਲੋ ਹੁਣ ਰੋਪੜ ਜਾ ਕੇ ਮਿਲਦੇ ਆ, ਠੀਕ ਆ ਜੀ। ਲੋ ਵੀ ਮਿੱਤਰੋ, ਕਹਿੰਦੇ ਮੁੰਡੇ ਪਹੁੰਚ ਗਏ ਰੋਪੜ। ਰੋਪੜ ਦਾ ਨੀ ਅਲੱਗ ਅਲੱਗ ਹੈਗੀ ਜਿਗਣਾ, ਖਾਸ ਲਾ ਦਿੰਦੇ ਮੂਹਰੇ, ਖਾਸ ਰੋਪੜ ਆ ਜਾਂਦਾ ਨੀ ਇੱਥੇ। ਤੇ ਆਪਾਂ ਲਿਆ ਖਾਣੇ ਪੀਣੇ ਨੂੰ ਕੁਛ, ਇੱਕ ਮੁੰਡਾ ਉਹਦੀ ਰੋਪੜ ਦਾ, ਉਹ ਕਹਿੰਦਾ ਵਧੀਆ ਹੁੰਦਾ ਸਮਾਨ। ਇੱਕ ਗਿਆ ਚੱਪਲਾਂ ਲੈਣ, ਚੱਪਲਾਂ ਚੱਕ ਹੋ ਗਈਆਂ, ਬਾਕੀ ਦਵਾਈਆਂ ਦਵੂਈਆਂ, ਠੀਕ ਆ, ਚਾਹ ਪੱਤੀ ਚੀਨੀ, ਇੱਕ ਅੱਧੇ ਮਸਾਲੇ ਮਸੂਲੇ ਜੇ ਲੈਣ ਦੇ ਉਹ ਲੈਣ ਗਏ ਹਾਂ। ਅਸੀਂ ਆ ਗਏ ਮੂਹਰੇ ਦੋ ਜਣੇ, ਅਸੀਂ ਇੱਥੇ ਬੈਠਦੇ ਨਹੀਂ ਕਿ ਜਗ੍ਹਾ ਵਾ, ਪਰ ਲੋਟਦੇ ਬਹੁਤੇ ਔਖੇ ਵੀ ਨਹੀਂ ਤੇ ਹੈਗੇ। ਚਲੋ ਹੁਣ ਖਾ ਪੀ ਕੇ ਫਿਰ ਮਿਲਦੇ ਤੁਹਾਨੂੰ ਅੱਗੇ, ਜੇ ਕਿਤੇ ਰੁਕੇ ਲਾ ਕੇ ਆਪਾਂ ਜਿੱਥੇ ਰੁਕੇ ਉੱਥੇ ਜਾ ਕੇ ਮਿਲਦੇ ਹਾਂ, ਠੀਕ ਆ। ਚੰਗਾ ਮਿੱਤਰੋ, ਕਹਿੰਦੇ ਪਹੁੰਚ ਚੁੱਕਿਆ ਪਹਾੜਾਂ 'ਚ ਤੇ ਵਿਊ ਚੈੱਕ ਕਰੋ, ਸਾਹਮਣੇ ਦਾ ਵਿਊ ਚੈੱਕ ਕਰੋ, ਦੇਖੋ ਨਜ਼ਾਰਾ ਹੀ ਨਜ਼ਾਰਾ। ਲਓ ਵੀ ਕਿਹੜਾ ਕਿਹੜਾ ਭਾਈ ਆ, ਜਗ੍ਹਾ ਦਾ ਨਾਮ ਕਿਉਂ ਰੇ ਦਾਦਾ? ਹਾਂ ਕਿਹੜਾ? ਕਠੂਆ। ਲੋ ਵੀ ਆਪਾਂ ਲੈ ਲਈਆਂ ਉਰੇ ਸਿਮਾਂ, ਸਾਡੀਆਂ ਸਿਮਾਂ ਹੋ ਗਈਆਂ ਬੰਦ, ਦੋ ਲੈ ਲਈਆਂ ਸਿਮਾਂ, ਫੋਨ ਪੇ ਕਰੋ। ਉਹ ਗੱਡੀ ਆਪਣੀ ਡੱਡੀ ਗੱਡੀ ਨੁਕਸਾਨ ਨਾ ਕਰੋ, ਆਹ ਬਾਈ ਕੋਲ ਆਇਓ ਜ਼ਰੂਰ ਜੀ, ਨੇ ਸਿਮਾਂ ਲੈਣੀਆਂ ਲੈ ਲਦਾਖ ਹੋਣਾ, ਠੀਕ ਆ। ਅਸੀਂ ਲੈ ਲਈਆਂ ਦੋ ਸਿਮਾਂ, ਨੰਬਰ ਤੁਹਾਨੂੰ ਉਹੀ ਮਿਲੂਗਾ, ਨੰਬਰ ਤੁਹਾਨੂੰ ਉਹੀ ਮਿਲੂਗਾ ਜਿਹੜਾ ਤੁਸੀਂ ਚਾਹੁੰਦੇ ਹੋ। ਹਾਂ, ਗੱਡੀ ਨਾਲ ਦਾ ਨੰਬਰ ਮਿਲੂਗਾ। ਚਲੋ ਹੁਣ ਸਿਮਾਂ ਲੈ ਲਈ, ਸਿਮਾਂ ਪਾ ਲਈਏ ਫੋਨ ਨਾ, ਫਿਰ ਕਰ ਦੇਗਾ ਜਗ੍ਹਾ। ਹਾਂ ਜ਼ਰੂਰ ਜੀ ਜ਼ਰੂਰ, ਨਹੀਂ ਮੈਂ ਵੀ ਲੈਣੀ ਇੱਕ। ਹਾਂ ਨਾ ਦੱਸ। ਲਓ ਵੀ ਮਿੱਤਰੋ, ਕਹਿੰਦੇ ਆਪਾਂ ਨੇ ਲੈ ਲਈਆਂ ਸਿਮਾਂ ਤਿੰਨ, ਦੋ ਏਅਰਟੈਲ ਦੀਆਂ, ਇੱਕ ਜੀਓ ਦੀ, ਇਹਨੇ ਜੀਓ ਦੀ ਲਈ ਆ। ਇੱਧਰ ਵੀ ਏਅਰਟੈਲ, ਇੱਧਰ ਵੀ ਏਅਰਟੈਲ। ਅਸੀਂ ਹੈਗੇ ਆਪਣਾ ਕਠੂਆ ਸ਼ਹਿਰ ਚ, ਹੁਣ ਜਾ ਰਹੇ ਅਸੀਂ ਜੰਮੂ ਨੂੰ, ਜੰਮੂ ਨੂੰ ਜਾ ਰਹੇ ਹਨਾ। ਹਾਂ ਯਾ ਬੇਬੀ ਗੋ। ਚਲੋ ਹੁਣ ਅੱਗੇ ਜਾ ਕੇ ਮਿਲਦੇ ਤੁਹਾਨੂੰ, ਠੀਕ ਹੈ ਜੀ। ਹਾਂ ਤੁਹਾਨੂੰ ਲਓ ਜੀ, ਅਸੀਂ ਜੰਮੂ ਦੇ ਪਹੁੰਚ ਗਏ, ਬਸ ਨੇੜੇ ਜੀ ਨੂੰ, 26 ਕਿਲੋਮੀਟਰ ਰਹਿ ਗਏ ਉੱਤੇ, ਟਾਈਮ ਹੋ ਗਿਆ 8:28। ਹੋਰ ਡਰਾਈਵਰ ਜੀ ਠੀਕ ਹੋ? ਮੁੰਡੇ ਗਏ ਵੇ ਆਪਣੇ ਸਮਾਨ ਪੀਣ ਖਾਣੇ ਨੂੰ, ਠੰਡਾ ਠੁੰਡਾ ਜਿਹਾ ਫੜਾ ਗਏ ਸਾਨੂੰ, ਠੰਡੇ ਅਸੀਂ ਲੈ ਕੇ ਨਹੀਂ ਦੇ ਆਏ, ਨਾਲ ਨਾ ਠੰਡੇ ਨਾ ਪਾਣੀ, ਬਾਕੀ ਹੋਰ ਸਾਰਾ ਕੁਛ ਆ ਸਾਡੇ ਕੋਲ, ਗੈਸ ਗੂਸ ਆ, ਸਟੋਵ ਸਾਰਾ ਕੁਛ ਆ, ਪੱਧਰ ਦੇ ਕੰਘੇ ਛੰਘੇ, ਬਸ ਠੰਡੇ ਯਾਰ ਪਾਣੀ ਨਹੀਂ ਚੱਕਿਆ ਹੈਗਾ ਨਾਲ। ਅਸੀਂ ਪਤਾ ਨਹੀਂ ਹੁਣ ਕਿਹੜਾ ਇਲਾਕਾ ਜਾਂ ਕਸਬਾ ਜਾਂ ਜਿੱਥੇ ਖੜ੍ਹੇ ਹਾਂ ਇਹਦਾ ਨਹੀਂ ਪਤਾ। ਹੁਣ ਤੁਹਾਨੂੰ ਜੰਮੂ ਜਾ ਕੇ ਹੋਟਲ 'ਚ ਮਿਲਦੇ ਆਪਾਂ, ਸਿੱਧੇ ਖਾ ਪੀ ਲਈਏ ਕੁਛ ਉਰੇ। ਚੰਗਾ ਜੀ ਗਾਈਸ, ਵੀਰੇ ਦੇਖੋ ਹੁਣ ਤੁਸੀਂ ਧਰਮਸ਼ਾਲਾ ਵਾਲਾ ਸਟੇਡੀਅਮ, ਕ੍ਰਿਕਟ ਸਟੇਡੀਅਮ ਪਹਿਲੀ ਵਾਰੀ ਦੇਖਿਆ, ਇਹਦਾ ਵੀ ਕਹਿੰਦੇ ਲੱਗੇ ਵਿਊ ਹੁੰਦਾ ਦੇਖਣ ਦਾ ਮੈਚ ਦੇਖਦੇ ਜਦੋਂ। ਅਸੀਂ ਫਿਰ ਰਹੇ ਜੰਮੂ 'ਚ, ਹੋਟਲ ਸਾਨੂੰ ਮਿਲ ਨਹੀਂ ਰਿਹਾ। ਇਹ ਹੈਗਾ ਜੰਮੂ ਦਾ ਬਾਜ਼ਾਰ, ਆਪਾਂ ਨੂੰ ਰੂਮ ਮਿਲ ਗਿਆ 203 ਨੰਬਰ ਓਯੋ 'ਚ ਮਿਲਿਆ ਆਪਾਂ ਨੂੰ ਰੂਮ।
ਠੰਡਾ ਠੁੰਡਾ ਲੇਸ ਲੂਸ ਲਿਆਂਦੇ ਆਪਾਂ ਨੇ, ਬਿਸਕੁਟ ਬਾਸਕੁਟ। ਇਹ ਰੂਮ ਆ 1000 ਰੁਪਇਆ ਕਿਰਾਇਆ ਇਹਦਾ, ਬਾਥਰੂਮ ਵੀ ਹੈਗਾ ਨਾਲ ਅਟੈਚ, ਠੀਕ ਆ। ਨਹਾ ਧੋ ਕੇ ਹੁਣ ਆਪਾਂ ਨਿਕਲਾਂਗੇ ਉਰ ਤੇ ਸਵੇਰੇ ਸ਼੍ਰੀਨਗਰ ਨੂੰ। ਸਾਜਰੇ ਬਾਕੀ ਕਹਿਣੇ ਦੀ ਗੱਲ ਹੁੰਦੀ, ਲੇਟ ਤਾਂ ਉਹੀ ਹੋ ਜਾਂਦੇ ਆ, ਆਰਾਮ ਤੇ 10-11 ਵੱਜੇ ਜਾਣੇ ਹਰੇਕ ਨਾਲੇ ਹੁੰਦਾ, ਕਿਹੜੇ ਸਾਡੇ ਨਾਲ ਹੋਣਾ। ਹੁਣ ਬਾਕੀ ਹੁਣ ਉਹ ਗਏ ਗੱਡੀ ਖੜਾਉਣ ਪਾਰਕਿੰਗ 'ਚ, ਫਿਰ ਆਪਾਂ ਉਹਨਾਂ ਨੂੰ ਆ ਜਾਣ ਦਿਓ, ਫਿਰ ਆਪਾਂ ਖਾਵਾਂ ਪੀਵਾਂਗੇ ਕੋਈ ਥੱਲੇ ਜਾ ਕੇ, ਫਿਰ ਸੋ ਕੇ ਆਪਾਂ ਉੱਠਾਂਗੇ ਹੁਣ ਸਵੇਰ ਨੂੰ। ਚੰਗਾ ਵੀ ਥੱਲੇ ਜਾ ਕੇ ਮਿਲਦੇ ਹੁਣ ਤੁਹਾਨੂੰ ਆਪਾਂ। ਲਓ ਜੀ ਆਪਾਂ ਨੇ ਰੋਟੀ ਲੈ ਲਈ, ਹੁਣ ਲਿਆ ਆਪਾਂ ਨੇ ਸ਼ਾਹੀ ਪਨੀਰ 4 ਰੋਟੀਆਂ, ਇਹਨਾਂ ਨੇ ਆਪਣਾ ਖਾਣੇ ਪੀਣ ਦਾ ਲਿਆ, ਮੈਂ ਆਪਣਾ ਵੈੱਜ ਲੈ ਲਿਆ, ਠੀਕ ਆ। ਉਰੇ ਵੈਸੇ ਜ਼ਿਆਦਾ ਮਸ਼ਹੂਰ ਚਿਕਨੇ ਆ, ਚਿਕਨੇ ਜ਼ਿਆਦਾ ਚੱਲਦਾ ਉਰੇ। ਬਾਜ਼ਾਰ ਵੈਸੇ ਉਰੇ ਬੰਦ ਹੋਏ ਗਿਆ ਆਲਮੋਸਟ। ਅਸੀਂ ਹੁਣ ਤੁਹਾਨੂੰ ਰੂਮ 'ਚ ਜਾ ਕੇ ਮਿਲਦੇ ਹਾਂ, ਨਾਲੇ ਇਹਨਾਂ ਦਾ ਸਮਾਨ ਸਮੂਨ ਲੈ ਲਈਏ, ਰੂਮ 'ਚ ਮਿਲਦੇ ਹਾਂ ਜਾ ਕੇ, ਰੋਟੀ ਰੋਟੀ ਖਾਈਏ ਨਾਲੇ ਜਾ ਕੇ ਹੁਣ, ਠੀਕ ਆ। ਨਾਲੇ ਆਪਾਂ ਕਰਾਂਗੇ ਉੱਥੇ ਜਾ ਕੇ ਹੁਣ ਵਲੋਗ ਦਾ ਐਂਡ, ਰੂਮ 'ਚ ਮਿਲਦੇ ਹਾਂ। ਕਮਰੇ ਆਪਾਂ ਨੂੰ ਮਿਲ ਗਿਆ ਤਾਂ, ਹਾਂ 1 ਕਮਰਾ ਲਿਆ, ਲਾਈਟ ਭੱਜੇ ਗਈ ਸਾਲੀ, ਸੋਹਣਾ ਚੱਲਿਆ। ਰੋਟੀ ਰੋਟੀ ਆਪਾਂ ਲਿਆਂਦੀ ਦੀ ਖਾ ਪੀ ਲਈ, ਅਸੀਂ ਤਾਂ ਡਰਾਈਵਰ ਸਾਹਿਬ ਨੇ ਵੀ ਖਾ ਲਈ, ਇਹ ਦੋਏ ਆਪਣਾ ਲੱਗੇ ਵੇ ਖਾਣ। ਲਾਈਟ ਭੱਜ ਗਈ, ਹੁਣ ਦੇਖੋ ਕੱਤਕ ਆਉਂਦੀ ਆ। ਚਲੋ ਹੁਣ ਅੱਜ ਇਹ ਵਲੋਗ ਨੂੰ ਕਰਦੇ ਆਪਾਂ ਉਰੇ ਐਂਡ, ਹੁਣ ਤੁਹਾਨੂੰ ਮਿਲਦੇ ਆਪਾਂ ਕੱਲ੍ਹ ਨੂੰ ਸਿੱਧਾ ਸ਼੍ਰੀਨਗਰ ਵਾਲੇ ਵਲੋਗ 'ਚ। ਮਤਲਬ ਉਰੀ 'ਤੇ ਸਟਾਰਟ ਹੋ ਗਏ ਸੀ ਰੂਮ 'ਤੇ ਉਹ ਵੀ, ਕੱਲ੍ਹ ਉੱਠ ਕੇ ਮਿਲਦੇ ਹੁਣ ਤੁਹਾਨੂੰ ਸਵੇਰੇ ਸਾਜਰੇ। ਚੰਗਾ ਚਲੋ ਕੱਲ੍ਹ ਵਾਲਾ ਵਲੋਗ ਬੜਾ ਘੈਂਟ ਹੋਣਾ, ਆਪਣਾ ਐਕਟੀਵਿਟੀਆਂ ਕਰਾਂਗੇ, ਹੈ ਛੋਟੇ ਲੇਕਮ ਲੇਕਮ ਲੇਕ 'ਚ ਕਰਨੀ, ਠੀਕ ਹੈ। ਚਲੋ ਕੱਲ੍ਹ ਦੇ ਕੱਲ੍ਹ ਮਿਲਦੇ ਹੁਣ ਆਪਾਂ, ਚੰਗਾ।